ਮੈਂ ਸਦਕੇ ਜਾਵਾਂ, ਸਿਆਬਾ ਨੇ ਇੰਜ ਪਿਆਰ ਕੀਤਾ ਨਾ ਸਰਕਾਰ ਨਾਲ, ਸਿਆਬਾ ਤੇ ਸਿਆਬਾ ਰਹਿ, ਸਿਆਬਿਆਤ ਜਿਹੜੀਆਂ ਬੀਬੀਆਂ ਹਨ, ਬੀਬੀਆਂ ਸਿਆਬਿਆਤ ਹਨ, ਉਹਨਾਂ ਦੀ ਮੁਹੱਬਤ ਨੇ ਮੁਹੱਬਤ ਦੀ ਅਖੀਰ ਕਰ ਦਿੱਤੀ। ਜ਼ਹਿਰੀ ਤੌਰ ਤੇ ਦੁਨੀਆਂ ਦਾ ਤਕਾਜ਼ਾ ਹੈ, ਔਰਤ ਨੂੰ ਨਾਕਿਸੁਲ ਅਕਲ ਆਖਿਆ ਵੈਂਦਾ ਹੈ, ਔਰਤ ਦਿਲ ਦੀ ਕਮਜ਼ੋਰ ਹੁੰਦੀ ਜੇ। ਮੈਂ ਸਦਕੇ ਜਾਵਾਂ, ਹਦੀਸ ਸ਼ਰੀਫ ਦੇ ਅੰਦਰ ਹੁੰਦਾ ਬੜੀ ਮਸ਼ਹੂਰ ਰਵਾਇਤ, ਜਦੋਂ ਉਹਦਾ ਮਾਰਕਾ ਹੋਇਆ ਨਾ ਤੇ ਦੁਨੀਆਂ ਵਾਪਸ ਸਿਆਬੀ ਆਉਣ ਲੱਗ ਪਏ। ਇੱਕ ਬੀਬੀ ਘਰੋਂ ਬਾਹਰ ਨਿਕਲੀ ਕਿ ਮੈਂ ਜਾ ਕੇ ਖਬਰ ਲਾਵਾਂ ਕਿ ਸੋਨੇ ਦਾ ਕੀ ਬਣਿਆ, ਕੈਸਾ ਮਾਮਲਾ ਰਿਹਾ। ਰਾਹ ਤੇ ਆ ਕੇ ਖਲੋ ਗਈ, ਪਰਦਾ ਕੀਤਾ ਹੋਇਆ, ਰਾਹ ਤੇ ਆ ਕੇ ਖਲੋਤੀ ਏ। ਇੱਕ ਬੰਦੇ ਕੋਲ ਪੁੱਛਦੀ, ਹਾਂ ਬਾਈ ਆਉਣ ਵਾਲੇ ਹੋ, ਦੱਸੋ ਜੰਗ ਦੇ ਅੰਦਰ ਸਰਕਾਰ ਦਾ ਕੀ ਬਣਿਆ, ਸਰਕਾਰ ਦਾ ਕੀ ਹਾਲ ਏ। ਉਹਨਾਂ ਕਿਹਾ, ਬੀਬੀ ਸਰਕਾਰ ਨੂੰ ਖੈਰ, ਉਸੀ ਤੇਰੇ ਵਾਸਤੇ ਬੈੜੀ ਖਬਰ ਏ, ਤੇਰੇ ਸਾਈਂ ਕੌਣ ਸ਼ਹੀਦ ਹੋ ਗਿਆ, ਤੇਰਾ ਖਾਮਦ, ਤੇਰਾ ਮੀਆਂ, ਤੇਰਾ ਬੰਦਾ, ਤੇਰਾ ਮਰਦ ਉਹ ਸ਼ਹੀਦ ਹੋ ਗਿਆ। ਉਹਨੇ ਆਖਿਆ, ਉਹਦੀ ਖੈਰ ਏ, ਦੱਸੋ ਸਰਕਾਰ ਦਾ ਕੀ ਹਾਲ ਏ। ਥੋੜਾ ਜਿਹਾ ਹੋਰ ਅਗੇਰੇ ਹੋਈ, ਇਹ ਉਹ ਸਿਆਬਾ ਸਿਆਬਿਆਤ ਉਹਨਾਂ ਦੀਆਂ ਬੀਵੀਆਂ ਦੀ ਗੱਲ ਏ, ਏਡਾ ਇਸ਼ਕ ਤੂੰ ਕਰ ਹੀ ਨਹੀਂ ਸਕਦਾ, ਤੇਰੀ ਮੇਰੀ ਪਸਲੀ ਹੀ ਨਹੀਂ, ਖੁਦਾ ਨਸੀਬ ਕਰੇ, ਇਸ਼ਕੇ ਮੁਸਤਫਾ ਬੜੀ ਵੱਡੀ ਦੌਲਤ ਏ। ਲੇਕਿਨ ਜਦੋਂ ਸਿਆਬਾ ਨੇ ਉਹ ਸਿਆਬੀਆਂ ਨੇ ਪੁੱਛਿਆ ਨਾ ਕੀ ਹਾਲ ਸਰਕਾਰ ਦਾ, ਉਹਨਾਂ ਕਿਹਾ ਤੇਰਾ ਮੀਆਂ, ਤੇਰਾ ਖਾਮਦ ਸ਼ਹੀਦ ਹੋ ਗਿਆ। ਉਹਨਾਂ ਕਿਹਾ ਉਹਦੀ ਖੈਰ ਏ, ਸਰਕਾਰ ਦੀ ਗੱਲ ਕਰ। ਥੋੜਾ ਜਿਹਾ ਅਗੇਰੇ ਗਈ, ਉਹਨਾਂ ਕਿਹਾ ਤੇਰਾ ਬਿਰਾ ਵੀ ਸ਼ਹੀਦ ਹੋ ਗਿਆ। ਕੀ ਸ਼ਹੀਦ ਹੋ ਗਿਆ? ਬਿਰਾ ਤੇ ਬਹਿਣਾਂ ਬਿਰਾ, ਇਹ ਤੁਸੀਂ ਜਾਣਦੇ ਹੋ ਨਾ ਕਿਵੇਂ ਪਿਆਰੇ, ਜਿਵੇਂ ਸਨ ਪਿਆਰੇ, ਉਹਨਾਂ ਬਹਿਣਾਂ ਨੂੰ ਆਪਣੇ ਬਿਰਾ ਪਿਆਰੇ ਕੋਈ ਨਾ। ਉਹਨੇ ਆਖਿਆ, ਬਰਾਉ ਦੀ ਖੈਰ ਏ, ਉਹ ਦੱਸੋ ਮੇਰੇ ਸੋਹਣੇ ਆਕਾ ਕਰੀਮ ਦਾ ਕੀ ਹਾਲ ਏ। ਇੰਜ ਕੋਈ ਪਿਆਰ ਕਰ ਸਕਦਾ ਕਿਸੇ ਨਾਲ? ਆਪਣਾ ਮੀਆਂ ਭੁੱਲ ਗਈ ਏ, ਬਿਰਾ ਭੁੱਲ ਗਈ ਏ। ਪਿਓ ਵੀ ਸ਼ਹੀਦ ਹੋ ਗਿਆ, ਬਿਰਾ ਵੀ ਸ਼ਹੀਦ ਏ, ਖਾਮਦ ਮੀਆਂ ਵੀ ਸ਼ਹੀਦ ਹੋ ਗਿਆ। ਉਸ ਬੀਬੀ ਰੁੰਨੀ ਨਹੀਂ, ਰੋਲਾ ਨਹੀਂ ਪਾਇਆ, ਹਾਏ ਹਾਏ ਨਹੀਂ ਕੀਤੀ। ਉਹਨਾਂ ਕਿਹਾ, ਉਹਨਾਂ ਦੀ ਖੈਰ ਏ, ਉਹ ਦੱਸੋ ਮੇਰੇ ਸੋਹਣੇ ਆਕਾ ਦਾ ਕੀ ਹਾਲ। ਥੋੜੀ ਦੇਰ ਗੁਜ਼ਰੀ, ਇੱਕ ਕਾਫਲਾ ਆਇਆ, ਫਿਰ ਜਦੋਂ ਸੰਗੀ ਨਾਲ ਮੁਲਾਕਾਤ ਹੋਈ, ਬੀਬੀ ਨੇ ਫਿਰ ਸਲਾਮ ਕੀਤਾ, ਬੀਬੀ ਦਾ ਇੱਕੋ ਗੱਲ ਏ। ਉਹਨੇ ਆਖਿਆ, ਖਾਮਦ ਵੀ ਗਿਆ, ਬਿਰਾ ਵੀ ਗਿਆ, ਤੇਰਾ ਪਿਓ ਵੀ ਸ਼ਹੀਦ ਹੋ ਗਿਆ। ਉਹਨੇ ਆਖਿਆ, ਉਹਨਾਂ ਦੀ ਖੈਰ ਏ, ਸਰਕਾਰ ਦੀ ਦੱਸੋ। ਹੁਣ ਜਦੋਂ ਫਿਰ ਸੰਗੀ ਆਏ ਨਾ, ਬੀਬੀ ਪੁੱਛਿਆ ਕੀ ਹਾਲ ਏ ਸਰਕਾਰ ਦਾ? ਉਹਨੇ ਆਖਿਆ, ਬੀਬੀ ਮੁਬਾਰਕ ਹੋਵੇ, ਸੋਹਣੇ ਆਕਾ ਅਲਹਮਦੁਲਿਲਾ ਬਿਲਕੁਲ ਠੀਕ ਠਾਕ। ਜਦੋਂ ਉਸ ਬੀਬੀ ਨੇ, ਉਸ ਸਿਆਬੀਆ ਨੇ ਇਹ ਗੱਲ ਸੁਣੀ ਨਾ, ਤੇ ਦਿਲ ਉਹਦਾ ਮਚਲ ਗਿਆ, ਖੁਸ਼ ਹੋ ਗਈ। ਅੱਜ ਮਿਹਰਬਾਨੀ ਕਰੋ, ਮੇਰਾ ਬਿਰਾ ਵੀ ਫੌਤ ਹੋਇਆ, ਬਾਪ ਵੀ ਹੋਇਆ, ਖਾਮਦ ਵੀ ਹੋਇਆ, ਮੇਰੇ ਦਿਲ ਨੂੰ ਸਕੂਨ ਤਾਂ ਹੋਣਾ, ਮਿਹਰਬਾਨੀ ਕਰੋ ਇੱਕ ਵਾਰੀ ਮੈਨੂੰ ਹੁਸੈਨ ਦੇ ਨਾਨੇ ਦੀ ਜ਼ਿਆਰਤ ਤੇ ਕਰਾ। ਹੁਣ ਉਹ ਬੀਬੀ ਚਲਦੀ ਚਲਦੀ ਸਰਕਾਰ ਦੀ ਬਾਰਗਾਹ ਅੰਦਰ ਹਾਜ਼ਰ ਹੋਈ। ਜਦੋਂ ਰਜਪਾਲ ਕਰੀਮ ਆਕਾ ਅਲੈਹਿ ਸਲਾਤੁ ਵਸਲਾਮ ਦੇ ਸਾਹਮਣੇ ਪਹੁੰਚੀ ਨਾ, ਹਜ਼ੂਰ ਦੇ ਸਾਹਮਣੇ ਗਈ ਤੇ ਵੱਧੋ ਹਾਵ ਵਾਲਾ ਚਿਹਰਾ ਵੇਖਿਆ ਸਰਕਾਰ ਦਾ, ਏਡਾ ਸੋਹਣਾ ਚਿਹਰਾ, ਏਡਾ ਸੋਹਣਾ ਸਰਕਾਰ ਦਾ ਚਿਹਰਾ। ਵੋ ਨਬੀਓ ਮੇ ਨਬੀ ਐਸੇ ਕੇ ਖਤਮ ਲੰਬਿਆ ਠਹਿਰੇ, ਵੋ ਨਬੀਓ ਮੇ ਨਬੀ ਐਸੇ ਕੇ ਖਤਮ ਲੰਬਿਆ ਠਹਿਰੇ, ਔਰ ਹਸੀਨੋ ਮੇ ਹਸੀਨੋ ਮੇ ਹਸੀ ਐਸੇ ਕਿ ਮਹਬੂਬੇ ਖੁਦਾ, ਹਸੀਨੋ ਮੇ ਹਸੀ ਐਸੇ ਕਿ ਮਹਬੂਬੇ ਖੁਦਾ ਠਹਿਰੇ। ਕਰੀਮ ਆਕਾ ਅਲੈਹਿ ਸਲਾਤੁ ਵਸਲਾਮ ਦਾ ਸੋਹਣਾ ਵਧੋਆ ਵਾਲਾ ਚਮਕਦਾ ਹੋਇਆ ਚਿਹਰਾ, ਜਦੋਂ ਉਸ ਮਾਈ ਦੀ ਨਿਗਾਹ ਹਜ਼ੂਰ ਦੇ ਚਿਹਰੇ ਵਧੋਆ ਤੇ ਪਈ ਨਾ, ਤੇ ਦੂਰੋਂ ਵੇਖ ਕੇ ਆਦੀਏ ਸੋਹਣਿਆ, ਉਹ ਬੀਬੀ ਜਦੋਂ ਆਈ ਨਾ ਸਰਕਾਰ ਦੀ ਬਾਰਗਾਹ ਦੇ ਅੰਦਰ ਹਾਜ਼ਰ ਹੋਈ, ਉਹਨੇ ਸਰਕਾਰ ਦਾ ਵਧੋਆ ਵਾਲਾ ਚਿਹਰਾ ਵੇਖਿਆ, ਅੰਦਾਜ਼ਾ ਲਾਓ ਨਾ ਏਡੇ ਡਾਢੇ ਗਮ ਆ ਸਿਰੇ ਉੱਤੇ। ਪਿਓ ਵੀ ਫੌਤ ਹੋ ਗਿਆ, ਸ਼ਹੀਦ ਹੋ ਗਿਆ, ਬਿਰਾ ਵੀ ਤੇ ਖਾਮਦ ਵੀ, ਉਸ ਦੇ ਬਾਵਜੂਦ ਮੈਂ ਸਦਕੇ ਜਾਵਾਂ, ਜਦੋਂ ਹਜ਼ੂਰ ਦਾ ਚਮਕਦਾ ਹੋਇਆ ਵਧੋਆ ਵਾਲਾ ਨੂਰਾਨੀ ਸੋਹਣਾ ਚਿਹਰਾ ਵੇਖਿਆ ਨਾ, ਤੇ ਬੀਬੀ ਦੂਰੋਂ ਬੋਲ ਕੇ ਆਦੀਏ ਸੋਹਣਿਆ, ਕੁੱਲੂ ਮੁਸੀਬਤ ਬਾਦਾ ਕਾ ਜਲਲ, ਸੋਹਣਿਆ ਤੁਹਾਡਾ ਚਿਹਰਾ ਸਲਾਮਤ ਏ, ਇਹ ਦੁਨੀਆਂ ਦੀਆਂ ਮੁਸੀਬਤਾਂ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੀਆਂ।
ਇਹ ਮੁਹੱਬਤ ਹੈ, ਇਹ ਇੰਜ ਮੁਹੱਬਤ ਸਿਆਬਾਂ ਨੇ ਕੀਤੀ ਹੈ ਸਰਕਾਰ ਦੇ ਸਿਆਬਾਂ ਨੇ ਤੇ ਉਹਨਾਂ ਦੇ ਘਰ ਵਾਲੀਆਂ ਨੇ, ਹਜ਼ੂਰ ਦੇ ਸਿਆਬਜਾਤ ਨੇ ਇਸ ਤਰ੍ਹਾਂ ਸਰਕਾਰ ਨਾਲ ਮੁਹੱਬਤ ਫਰਮਾਈ। ਔਰ ਮੈਂ ਸਦਕੇ ਜਾਵਾਂ, ਜਿਵੇਂ ਉਹਨਾਂ ਸਿਆਬਾਂ ਨੇ ਸਰਕਾਰ ਨਾਲ ਮੁਹੱਬਤ ਕੀਤੀ ਹੈ ਨਾ, ਇੰਜ ਸਰਕਾਰ ਨੇ ਵੀ ਸਿਆਬਾਂ ਤੇ ਕਰਮ ਫਰਮਾਏ ਜਦੋਂ ਵੀ ਕਿਸੇ ਨੂੰ।